ਅੱਜ ਮੈਂ ਬਹੁਤ ਬਹੁਤ ਹੈਪੀ ਹਾਂ ਬਿਕੋਜ਼ ਮੈਂ ਨਾ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਸੀਗੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਹਾਂਜੀ, ਅੱਜ ਆਪਾਂ ਮੋਰਨਿੰਗ ਮੋਰਨਿੰਗ ਰੈਡੀ ਹੋ ਕੇ ਚੱਲਾਂਗੇ ਪਵਿੱਤਰ ਦੇ ਬਰਥਡੇ ਦੀ ਸ਼ੋਪਿੰਗ ਕਰਨ, ਕਿਉਂਕਿ ਸਮਾਨ ਮੈਂ ਅੱਜ ਲਿਆ ਕੇ ਰੱਖ ਲੂੰਗੀ, ਕੱਲ੍ਹ ਫਿਰ ਮੇਰਾ ਕੰਮ ਹੈਗਾ, 2 ਦਿਨ ਨਹੀਂ ਜਾਇਆ ਜਾਣਾ, ਅਤੇ ਉਸ ਤੋਂ ਬਾਅਦ ਤਾਂ ਬਰਥਡੇ ਹੀ ਹੈ। ਅਤੇ ਹੁਣ ਮੈਂ ਜਿਹੜਾ ਹੈਗਾ ਸਾਰਾ ਸਮਾਨ ਇਹਦੇ ਵਿੱਚ ਉਹਦਾ ਪੈਕ ਕਰ ਲਿਆ, ਦੁੱਧ ਪਾਣੀ ਵਗੈਰਾ ਸਾਰਾ ਕੁਛ A to Z। ਮੈਂ ਕਿਹਾ ਕੀ ਪਤਾ ਕਿੰਨਾ ਟਾਈਮ ਲੱਗ ਜਾਵੇ, ਆਹ ਪਾਣੀ ਮੈਂ ਦੁਬਾਰਾ ਭਰ ਦਿਆਂਗੀ। ਅਤੇ ਪਵਿੱਤਰ ਹਾਲੇ ਸੁੱਤੀ ਪਈ ਹੈ, ਬਸ ਹੁਣ ਮੈਂ ਉਹਦੇ ਕੱਪੜੇ ਪਾ ਲੂੰਗੀ, ਮੈਂ ਪਹਿਲਾਂ ਆਪ ਰੈਡੀ ਹੋਈਆਂਗੀ। ਮੈਂ ਕਿਹਾ ਵੀ ਫਿਰ ਉਹ ਵੱਧ ਟਾਈਮ ਲਵਾਉਂਦੀ ਹੈਗੀ, ਨਾਲੇ ਮੈਂ ਕਿਹਾ ਚੱਲ ਜਿੰਨਾ ਟਾਈਮ ਸੁੱਤੀ ਹੈ ਠੀਕ ਹੈ, ਹੁਣ ਮੈਂ ਇਹਦਾ ਪਾਣੀ ਭਰ ਲੈਂਦੀ ਹਾਂਗੀ, ਫਿਰ ਆਪਾਂ ਨਿਕਲਾਂਗੇ। ਬੱਸ 'ਤੇ ਜਾਣਾ ਹੈਗਾ, ਕਾਰਡ ਵਗੈਰਾ ਮੈਂ ਚੱਕ ਲਿਆ। ਹੁਣ ਆਪਾਂ ਪਵਿੱਤਰ ਦਾ ਪਹਿਲਾਂ ਟਰੋਲੀ ਰੈਡੀ ਕਰ ਦਈਏਗੇ, ਫਿਰ ਹੀ ਮੈਂ ਪਵਿੱਤਰ ਨੂੰ ਥੋੜ੍ਹਾ ਜਿਹਾ ਚੱਕ ਕੇ ਲਿਆਉਂਗੀ, ਉਹਦਾ ਸਮਾਨ ਰੈਡੀ ਕਰਕੇ ਰੱਖ ਕੇ ਬਸ ਫਿਰ ਉਹਨੂੰ ਚੱਕ ਲਿਆਉਂਗੀ। ਇਹਦੇ ਵਿੱਚ ਰੱਖਣਾ ਹੈ ਮੈਂ ਸਾਰਾ ਸਮਾਨ, ਬਸ ਪਵਿੱਤਰ ਨੂੰ ਇਹਦੇ ਵਿੱਚ ਬਿਠਾ ਕੇ ਲੈ ਕੇ ਜਾਣਾ ਹੈਗਾ ਆਪਾਂ ਨੇ। ਫਿਰ ਹੁਣ ਮੈਂ ਪਹਿਲਾਂ ਸਮਾਨ ਰੱਖ ਕੇ ਜਾਊਂਗੀ ਇਹਦੇ 'ਚ, ਬਸ ਉਹਦੇ ਨੀਚੇ ਰੱਖ ਦੂੰਗੀ। ਲਓ ਜੀ, ਪਵਿੱਤਰ ਦਾ ਇੰਸਟਾਲਰ ਹੋ ਗਿਆ ਰੈਡੀ, ਸਾਰਾ ਸਮਾਨ ਜਿਹੜਾ ਨੀਚੇ ਰੱਖਤਾ। ਹੁਣ ਮੈਂ ਪਵਿੱਤਰ ਨੂੰ ਲੈ ਕੇ ਆਉਂਦੀ ਉਹਦੇ ਕੋਟੀ ਵਗੈਰਾ ਪਾ ਕੇ। ਮੈਂ ਤੇ ਪਵਿੱਤਰ ਹੋ ਕੇ ਰੈਡੀ, ਅਸੀਂ ਚੱਲੇ ਹੈ ਨਾ ਵੀ ਪਵਿੱਤਰ, ਪਵਿੱਤਰ ਦੇ ਤਾਂ ਮੂੰਹ 'ਤੇ ਆ ਗਿਆ ਵਿਚਾਰੇ ਦੇ। ਚੱਲ ਹੁਣ ਆਪਾਂ ਚੱਲਦੇ ਹਾਂ ਪੁੱਤ, ਤੈਨੂੰ ਉੱਥੇ ਦੁੱਧ ਪਿਲਾਉਂਗੀ ਮੈਂ, ਠੀਕ ਆ। ਹੁਣ ਆਪਾਂ ਇੱਕ ਵਾਰੀ ਨਾ ਬੱਸ ਸਟੋਪ 'ਤੇ ਪਹੁੰਚ ਜਾਈਏ, ਫਿਰ ਮੇਰਾ ਕਾਕਾ ਦੁੱਧ ਪੀਏਗਾ। ਪਵਿੱਤਰ ਆਪਦਾ ਗਾ ਪਾਉਂਦਾ ਹੈ ਨਾ ਉਹ। ਆਪਾਂ ਬੱਸ ਸਟੋਪ ਲਾਗੇ ਪਹੁੰਚ ਗਏ ਪੁੱਤ, ਉਹ ਸਾਹਮਣੇ ਦੇਖ ਬੱਸ ਸਟੋਪ ਹੈ ਨਾ। ਹੁਣ ਤਾਂ ਆਪਣੀ ਬੱਸ ਆਉਣ ਵਾਲੀ ਹੈ 2 ਮਿੰਟਾਂ 'ਚ। ਸੀਗਾ ਆਪਣਾ ਬੱਸ ਸਟੋਪ ਹੈ ਨਾ, ਅਤੇ ਆਹ ਵਾਲਾ। ਲਓ ਜੀ, ਆਪਾਂ ਮੌਲ ਪਹੁੰਚ ਗਏ ਸੀ, ਕਾਫੀ ਸਮਾਨ ਹੈ ਜਿਹੜਾ ਮੈਂ ਉਹ ਲੈ ਲਿਆ ਸੀਗਾ। ਮੈਂ ਸਾਰਾ ਸਮਾਨ ਲੈ ਕੇ ਫਿਰ ਮੇਰੇ ਯਾਦ ਆਇਆ, ਮੈਂ ਕਿਹਾ ਵੀ ਡਿਸਪੋਜ਼ਲ ਵੀ ਲੈ ਲਾਂ ਪਲੇਟਾਂ ਵਗੈਰਾ, ਅਤੇ ਉਹ ਵੀ ਹੁਣ ਮੈਂ ਉਹੀ ਲੈ ਰਹੀ ਹਾਂਗੀ, ਅਤੇ ਉਹ ਲੈ ਕੇ ਬਸ ਫਿਰ ਘਰ ਚੱਲਾਂਗੇ ਸਿੱਧਾ। ਘਰ ਜਾ ਕੇ ਤੁਹਾਨੂੰ ਦੱਸਿਆਵਾਂਗੇ ਵੀ ਕੀ ਕੁਛ ਲਿਆ ਹੈਗਾ। ਸਮਾਨ ਆਪਾਂ ਲੈ ਆਏ ਜੋ ਵੀ ਚਾਹੀਦਾ ਸੀ, ਪਵਿੱਤਰ ਮੈਂ ਪਾ ਅਤੇ ਅਨੁਸਾਰ ਇਹ ਲੱਗ ਗਿਆ ਖੇਡਣ ਹੈ ਨਾ। ਹੁਣ ਆਪਾਂ ਇੰਨੇ ਸਮਾਨ ਸਾਂਭ ਦਿੰਦੇ ਹਾਂਗੇ ਹੈ ਨਾ ਕਾਕੇ। ਨੈਕਸਟ ਡੇ ਹੋ ਚੁੱਕਿਆ ਸਵੇਰ ਦੀ ਮੋਰਨਿੰਗ ਦਾ, ਅਤੇ ਆਪਾਂ ਕੰਮ 'ਤੇ ਚੱਲਦੇ ਹਾਂ ਹੁਣ ਰੈਡੀ ਹੋ ਕੇ। ਸਵੇਰੇ ਸਵੇਰੇ ਜਦੋਂ ਕੰਮ 'ਤੇ ਜਾਣ ਲਈ ਆਏ, ਬਾਹਰੇ ਬਰਫ਼ ਦੇਖੋ ਕਿਵੇਂ ਜੰਮੀ ਪਈ ਹੈ, ਸਾਰੀਆਂ ਗੱਡੀਆਂ ਬਲੈਕ 'ਤੇ ਤਾਂ ਬਾਹਲੀ ਜ਼ਿਆਦਾ ਦਿੰਦੀ ਹੈ, ਘਾਹ ਦੇ ਉੱਪਰ ਉੱਧਰਲੇ ਘਾਹ ਮਤਲਬ ਉਹਦੇ ਨੀਚੇ ਆ ਗਿਆ ਥੋੜ੍ਹਾ ਜਿਹਾ ਛੱਤ ਦੇ ਨੀਚੇ, ਅਤੇ ਇਹਦੇ ਉੱਪਰ ਦੇਖੋ ਕਿੰਨੀ ਬਰਫ਼ ਹੈ, ਪਤਾ ਲੱਗਦਾ ਵੀ ਹਾਂ ਬਰਫ਼ ਜੰਮੀ ਹੋਈ ਹੈ, ਸਾਰਾ ਹੀ ਇੱਦਾਂ ਜੰਮਿਆ ਪਿਆ ਹੈਗਾ ਦੇਖੋ, ਆਹ ਚਿੱਟਾ ਚਿੱਟਾ ਹੋਇਆ ਪਿਆ। ਇੱਧਰ ਵੀ ਸਾਰੇ ਦੇਖੋ ਵਾਈਟ ਵਾਈਟ ਹੋਇਆ ਪਿਆ ਜਿੱਦਾਂ ਬਿੰਨ 'ਤੇ ਵੀ। ਹਾਂਜੀ, ਈਵਨਿੰਗ ਹੋ ਚੁੱਕੀ ਹੈਗੀ ਅਤੇ ਅੱਜ ਮੈਂ ਕਾਫੀ ਲੇਟ ਹੋ ਗਈ, ਵੈਸੇ ਮੈਂ 5 ਵਜੇ ਰੋਟੀ ਸਬਜ਼ੀ ਬਣਾਉਣ ਲੱਗਦੀ ਹੁੰਦੀ ਹੈਗੀ। ਅੱਜ ਮੈਂ ਬਣਾਉਂਗੀ ਜ਼ੁਕੀਨੀ ਦੀ ਸਬਜ਼ੀ, ਇਹ ਨਾ ਤੋਰੀਆਂ ਦੀ ਤਰ੍ਹਾਂ ਹੁੰਦੀਆਂ ਨੇਗੀਆਂ, ਜਿਵੇਂ ਆਪਣੇ ਇੰਡੀਆ 'ਚ ਤੋਰੀਆਂ ਹੁੰਦੀਆਂ ਨੇ, ਬਸ ਇੱਥੇ ਇਹ ਜ਼ੁਕੀਨੀ ਹੁੰਦੀ ਹੈਗੀ, ਸੇਮ ਇਹ ਉਵੇਂ ਸਬਜ਼ੀ ਬਣਦੀ ਹੈਗੀ। ਮਸਾਲਾ ਆਪਾਂ ਨੇ ਸਾਰਾ ਕੁਛ ਇਕੱਠਾ ਹੀ ਭੁੰਨ ਲਿਆ ਸੀਗਾ, ਨਾਲ ਹੁਣ ਮੈਂ ਨਮਕ ਮਿਰਚ ਐਡ ਕਰ ਰਹੀ ਹਾਂ।
ਇਹਦੇ ਨਾਲ ਦੀ ਨਾਲ ਹੀ ਮੈਂ ਪਾ ਦੂੰਗੀ ਯਕੀਨੀ। ਇੰਨੇ ਸਬਜ਼ੀ ਬਣੂੰਗੀ ਇਹ ਮੈਂ ਰੱਖਤੀ ਆ ਰੈਡੀ ਕਰ, ਅਤੇ ਉੱਧਰ ਤਵਾ ਜਿਹੜਾ ਹੈਗਾ ਮੈਂ ਕਿਹਾ ਇੰਨੇ ਤਵਾ ਹੋ ਜੂਗਾ ਗਰਮ, ਅਤੇ ਇੱਧਰ ਆਟਾ ਗੁੰਨ ਕੇ ਰੱਖਤਾ ਆ, ਅਤੇ ਸਾਰਾ ਸਮਾਨ ਹੈ ਜਿਹੜਾ ਆਪਣੇ ਡਨ ਕਰਕੇ ਰੱਖਤਾ ਵੀ ਇੰਨੇ ਹੀ ਬਣੂੰਗਾ। ਇੰਨੇ ਮੈਂ ਉੱਧਰ ਭਾਂਡੇ ਮਾਂਜ ਦੂੰਗੀ, ਭਾਂਡੇ ਕਾਫੀ ਪਏ ਸੀਗੇ, ਅਤੇ ਉਸ ਤੋਂ ਬਾਅਦ ਫਿਰ ਬਸ ਰੋਟੀ ਲੱਗ ਜੂੰਗੀ। ਨਾਲ ਦੇ ਨਾਲ ਪਵਿੱਤਰ ਨੂੰ ਦੇਖ ਆਉਂਦੀ ਇੱਕ ਵਾਰੀ, ਭਾਂਡੇ ਤਾਂ ਫਿਰ ਹੀ ਮਾਂਜੂੰਗੀ, ਪਹਿਲਾਂ ਪਵਿੱਤਰ ਦਾ ਪਾਣੀ ਰੱਖਾਂ ਗਰਮ ਹੋਣ ਵਾਸਤੇ, ਕਿਉਂਕਿ ਉਹਦਾ ਪਾਣੀ ਹੈ ਨਹੀਂ ਗਾ, ਇੰਨੇ ਠੰਡਾ ਵੀ ਹੋਊਗਾ ਫਿਰ, ਗਰਮ ਹੋ ਗਿਆ ਜਦੋਂ ਫਿਰ ਠੰਡਾ ਵੀ ਕਰਨਾ ਇਹਨੂੰ। ਸਬਜ਼ੀ ਆਪਣੀ ਬਣ ਚੁੱਕੀ ਹੈ ਜੀ, ਦੇਖੋ ਕਿੰਨੀ ਸੋਹਣੀ ਸਬਜ਼ੀ ਬਣੀ ਹੈਗੀ। ਜਿਵੇਂ ਇੰਡੀਆ 'ਚ ਆਪਾਂ ਕੱਦੂ ਦੀ ਸਬਜ਼ੀ ਕਰਦੇ ਹੁੰਦੇ ਨਾ, ਸੇਮ ਉਵੇਂ ਬਣੀ ਹੈਗੀ। ਇਹ 'ਚ ਦੁੱਧ ਪਾਇਆ ਗਾ, ਪਰ ਮੈਂ ਆਪਦੀ ਬਿਨਾਂ ਦੁੱਧ ਤੋਂ ਕੱਢੀ ਹੈਗੀ, ਮੈਨੂੰ ਦੁੱਧ ਵਾਲੀ ਵਧੀਆ ਨਹੀਂ ਲੱਗਦੀ, ਰੈੱਡ ਰੈੱਡ ਕਲਰ ਆ ਇਹਦਾ, ਪਤਾ ਨਹੀਂ ਕਿਉਂ ਲਾਈਟ ਕਰਕੇ ਦੇਖ ਰਿਹਾ ਸੱਚ, ਐਵੇਂ ਬਲੈਕ, ਵੈਸੇ ਰੈੱਡ ਰੈੱਡ ਹੈ ਜਮਾਂ। ਆਹ ਤਾਂ ਬਹੁਤ ਸੋਹਣੀ ਲੱਗ ਰਹੀ ਹੈ, ਪਰ ਮੈਨੂੰ ਨਹੀਂ ਪਸੰਦ ਹੈ ਦੁੱਧ ਵਾਲੀ, ਸਾਰੇ ਦੁੱਧ ਵਾਲੀ ਖਾਂਦੇ ਨੇ, ਸੋ ਮੈਂ ਦੁੱਧ ਪਾ ਤਾ। ਮਤਲਬ ਇੰਡੀਆ 'ਚ ਵੀ ਸਾਰੇ ਦੁੱਧ ਵਾਲੀ ਖਾਂਦੇ ਨੇ, ਇੱਥੇ ਮਨਪ੍ਰੀਤ ਵੀ ਦੁੱਧ ਵਾਲੀ ਖਾਂਦਾ ਹੁੰਦਾ ਹੈਗਾ। ਚਲੋ ਜੀ ਹੁਣ ਆਪਾਂ ਰੋਟੀ ਬਣਾ ਲੈਂਦੇ ਹਾਂਗੇ। ਮੇਰਾ ਕਾਕਾ ਹੁਣ ਉੱਠਿਆ ਹੈਗਾ, ਘੰਟਾ ਸੌਂ ਗਿਆ ਸੀ, ਮੰਮਾ ਨੇ ਘੰਟੇ 'ਚ ਸਾਰੇ ਕੰਮ ਨਵੇੜਤੇ। ਮੇਰੇ ਪੁੱਤ ਵਾਸਤੇ ਯਕੀਨੀ ਦੀ ਸਬਜ਼ੀ ਬਣਾਈ ਹੈ ਮੈਨੇ ਅੱਜ, ਮੇਰਾ ਪੁੱਤ ਰੋਟੀ ਖਾਊਗਾ ਨਾ, ਹੈ ਨਾ। ਹੁਣ ਦੁੱਧੂ ਪੀਵੇਂਗਾ ਪਹਿਲਾਂ, ਲੈ ਪੁੱਤੂ ਪਹਿਲਾਂ ਦੁੱਧੂ ਪੀ ਲੈ, ਫਿਰ ਮੈਂ ਬਣਾਉਂਦੀ ਹਾਂ, ਠੀਕ ਹੈ, ਓਕੇ। ਮੇਰਾ ਕਾਕੂ ਤਾਂ ਬਹੁਤ ਹੀ ਸਿਆਣਾ ਬੱਚਾ ਹੈ। ਪੁੱਤਰੀ ਪਵਿੱਤਰ ਲਾਗੇ ਦੁੱਧ ਪੀਣ, ਇੰਨੇ ਕੱਪੜੇ ਪਏ ਨੇ ਗੇ, ਇਹਨਾਂ ਦੀ ਤੈਅ ਕਰਨੀ ਹੈਗੀ, ਹਜੇ ਇੰਨੇ ਸੁੱਕਣੇ ਪਾ ਕੇ ਆਈਆਂ ਗੀ, ਕਿਉਂਕਿ ਕੱਲ੍ਹ ਵੀ ਨਹੀਂ ਟਾਈਮ ਲੱਗਿਆ, ਅੱਜ ਵੀ। ਹੁਣ ਮੈਂ ਕਿਹਾ ਕਰ ਹੀ ਦੇਵਾਂ, ਸਵੇਰੇ ਫਿਰ ਕੰਮ ਹੈਗਾ, ਫਿਰ ਰਹਿ ਜਾਣਗੇ। ਮੈਂ ਤੇ ਪਵਿੱਤਰ ਨਾ ਆ ਕੇ ਹੋ ਗਏ ਰੈਡੀ, ਪਰ ਅੱਜ ਆਪਾਂ ਕਿਤੇ ਜਾਂਦੇ ਤਾਂ ਨਹੀਂ, ਹੈ ਨਾ, ਅੱਜ ਨਹੀਂ ਅਸੀਂ ਕਿਤੇ ਵੀ ਜਾਂਦੇ ਭਾਈ। ਅੱਜ ਅਸੀਂ ਕੰਮ ਤੋਂ ਆਏ ਸੀ, ਹੁਣ ਮੇਰਾ ਪੁੱਤੂ ਵੀ ਕੰਮ ਕਰਦਾ, ਕੰਮ ਤੋਂ ਆ ਕੇ ਫਿਰ ਮੈਂ ਕੰਮ ਕੁੰਮ ਕਰਕੇ ਸਾਰਾ ਰੋਟੀ ਰੋਟੀ ਬਣਾ ਕੇ ਬੈੱਡ ਵਗੈਰਾ ਸਾਰਾ ਸੈੱਟ ਕੀਤਾ, ਨਾਲ ਰੂਮ 'ਚ ਝਾੜੂ ਪੋਚਾ ਕੀਤਾ, ਕੱਪੜੇ ਸੁੱਕਣੇ ਪਾਏ, ਅਤੇ ਬਾਹਰ ਤਾਰਤੇ ਸੀ ਅੱਜ, ਜਿਹੜਾ ਸੀਗਾ ਟੈਂਪਰੇਚਰ ਬਿਲਕੁਲ ਹੀ ਮਾਈਨਸ 'ਚ ਰਿਹਾ, ਇਸ ਕਰਕੇ ਨਹੀਂ ਸੁੱਕੇ ਕੱਪੜੇ। ਹਾਂਜੀ ਪੁੱਤੂ, ਕੱਪੜੇ ਬਿਲਕੁਲ ਵੀ ਨਹੀਂ ਸੁੱਕੇ ਹੈਗੇ, ਫਿਰ ਉਹ ਇੱਦਾਂ ਹੀ ਅੰਦਰ ਸਟੈਂਡ 'ਤੇ ਪਾ ਤੇ। ਪਹਿਲਾਂ ਐਂ ਸੀਗਾ ਵੀ ਧੁੱਪ ਨਿਕਲੀ ਆ, ਪਰ ਧੁੱਪ ਦਾ ਕੋਈ ਫਾਇਦਾ ਨਹੀਂ ਲੱਗਿਆ ਅੱਜ, ਕਿਉਂਕਿ ਟੈਂਪਰੇਚਰ ਤਾਂ ਜਮੀ ਨਹੀਂ ਠੀਕ ਹੋਇਆ, ਉਹ ਤਾਂ ਮਾਈਨਸ 'ਚ ਹੀ ਰਿਹਾ। ਸੋ ਫਿਰ ਹੁਣ ਅਸੀਂ ਉਹਨਾਂ ਨੂੰ ਅੰਦਰ ਪਾ ਕੇ ਸਾਰੀ ਰੋਟੀ ਰੋਟੀ ਦਾ ਕੰਮ ਨਿਬੇੜ ਕੇ ਫਟਾਫਟ ਸਬਜ਼ੀ ਬਣਾਈ। ਸਬਜ਼ੀ ਅੱਜ ਮੇਰੇ ਪੁੱਤ ਵਾਸਤੇ ਯਕੀਨੀ ਦੀ ਬਣਾਈ ਸੀ, ਹੈ ਨਾ ਪੁੱਤੂ। ਅਤੇ ਹੁਣ ਮੈਂ ਕੰਮ ਨਿਬੇੜ ਕੇ ਮੈਂ ਬੈਠੀ ਸੀ, ਅੱਜ ਮੈਂ ਬਹੁਤ ਬਹੁਤ ਹੈਪੀ ਹਾਂ, ਬਿਕੋਜ਼ ਮੈਂ ਨਾ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਸੀਗੀ, ਅਤੇ ਉਹ ਮਤਲਬ ਇਹ ਸੀਗਾ, ਮੈਨੂੰ ਪਤਾ, ਮੈਨੂੰ ਲੱਗ ਗਿਆ ਸੀਗਾ 2 ਵਜੇ, ਮੇਰਾ ਮਨਪ੍ਰੀਤ ਦਾ ਕੰਮ 'ਤੇ ਫੋਨ ਗਿਆ ਸੀਗਾ, ਉਦੋਂ 2 ਵਜੇ ਸੀਗੇ, ਫਿਰ ਉੱਥੇ ਤਾਂ ਹੁਣ ਕੰਮ 'ਤੇ ਤਾਂ ਇਹ ਪੋਸੀਬਿਲਿਟੀ ਨਹੀਂ ਸੀ ਵੀ ਮੈਂ ਬਣਾਉਣ ਦੀ। ਵੈਸੇ ਉਹ ਮੈਨੂੰ ਚੀਜ਼ ਕੱਲ੍ਹ ਮਿਲ ਗਈ ਸੀਗੀ, ਮਤਲਬ ਇੰਡੀਆ ਆਈ ਸੀਗੀ, ਅਤੇ ਉੱਥੇ ਪਹੁੰਚਣੀ ਸੀਗੀ, ਬਿਕੋਜ਼ ਐਡਰੈਸ ਉੱਥੋਂ ਦਾ ਸੀ, ਮੰਗਾ ਮੈਂ ਇੱਥੇ ਵੀ ਸਕਦੀ ਸੀਗੀ, ਬਟ ਫਿਰ ਮੈਨੂੰ ਇਹ ਸੀਗਾ ਵੀ ਮੈਂ ਹੁਣ ਸਾਰਾ ਐਡਰੈਸ ਜਿਹੜਾ ਫਿੱਲ ਕੀਤਾ ਹੋਇਆ ਸਾਰਾ ਚੇਂਜ ਹੋ ਜੂਗਾ, ਅਤੇ ਉਹ ਚੀਜ਼ ਦੀ ਮਿਹਨਤ ਲਈ ਅਸੀਂ ਦੋਨੇ ਮਾਮਾ ਧੀਆਂ ਨੇ ਬਹੁਤ ਬਹੁਤ ਮਿਹਨਤ ਕੀਤੀ ਹੈ, ਹੈ ਨਾ ਪੁੱਤ। ਮੇਰਾ ਪੁੱਤ ਦੇਖਦਾ ਅੱਜ ਤਾਂ, ਇਹ ਵੀ ਮੇਰਾ ਪੁੱਤ ਹੈਪੀ ਹੈਪੀ ਹੈ, ਇਹ ਹੁਣੀ ਸੌਂ ਕੇ ਉੱਠਿਆ। ਪੁੱਤੂ ਕੀ ਮਿਲਿਆ ਅੱਜ ਆਪਾਂ ਨੂੰ ਦੱਸ, ਕਿਹੜੀ ਚੀਜ਼ ਮਿਲੀ ਆਪਾਂ ਨੂੰ, ਕਾਹਤੋਂ ਆਪਾਂ ਹੈਪੀ ਹਾਂ। ਅਤੇ ਉਹ ਹੈ ਮੇਰਾ ਐਡਸੈਂਸ ਪਿੰਨ ਜਿਹੜਾ ਕਿ ਆ ਗਿਆ ਹੈਗਾ, ਅਤੇ ਮੈਂ ਮਤਲਬ ਮੈਨੂੰ ਇਹ ਸੀਗਾ, ਮੈਂ ਰੀਅਪਲਾਈ ਕੀਤਾ ਸੀ, ਉਹ ਪਹਿਲੀ ਵਾਰੀ ਅਪਲਾਈ ਕੀਤਾ ਨਹੀਂ ਪਹੁੰਚਿਆ ਐਡਰੈਸ 'ਤੇ, ਅਤੇ ਮੈਨੂੰ ਇਹ ਸੀਗਾ ਵੀ ਪਹੁੰਚਦੇ ਨਹੀਂ ਹੈਗਾ, ਮੈਂ 1.5 ਮਹੀਨਾ ਵੇਟ ਕੀਤੀ, ਵੈਸੇ 3 ਵੀਕ ਦਾ ਟਾਈਮ ਹੁੰਦਾ ਵੀ 3 ਵੀਕ ਦੇ ਵਿੱਚ ਪਹੁੰਚ ਜਾਂਦਾ ਹੁੰਦਾ ਹੈਗਾ, ਮੈਂ 1.5 ਮਹੀਨਾ ਵੇਟ ਕੀਤੀ,
ਤੇ ਇੱਕ ਹਫ਼ਤਾ ਮੈਂ ਹੋਰ ਐਡ ਕਰ ਲਿਆ, ਯਾਨੀ ਕਿ 1.5-2 ਮਹੀਨੇ ਮੈਂ ਵੇਟ ਕੀਤੀ, ਜਦੋਂ ਨਾ ਆਇਆ ਫਿਰ ਮੈਂ ਸੋਚਿਆ ਵੀ ਮੈਂ ਰੀਅਪਲਾਈ ਕਰ ਦਿੰਦੀ ਹਾਂ। ਮੈਂ ਰੀਅਪਲਾਈ ਕੀਤਾ, ਐਡਰੈਸ ਥੋੜ੍ਹਾ ਜਿਹਾ ਮਤਲਬ ਪੂਰਾ ਐਡਰੈਸ ਥੋੜ੍ਹਾ ਐਡਰੈਸ ਉਹਦੇ ਵਿੱਚ ਹੋਰ ਪਾਇਆ, ਯਾਨੀ ਕਿ ਵੀ ਕਿੱਥੇ ਘਰ ਹੈ ਇਹ ਵਾਲੀ ਚੀਜ਼ ਪਾਈ। ਪਹਿਲਾਂ ਮੈਂ ਨਾਮ ਵਗੈਰਾ ਸਿੰਪਲ ਪਿੰਡ ਇਹ ਪਾ ਕੇ ਭੇਜਿਆ ਸੀ, ਬਾਕੀ ਐਡਰੈਸ ਤਾਂ ਸਾਰਾ ਸੇਮ ਹੀ ਸੀਗਾ। ਬਸ ਫਿਰ ਮੈਂ ਗਲੀ ਨੰਬਰ ਪਾ ਤਾ, ਅਤੇ ਚਲੋ ਹੁਣ ਸੈਕਿੰਡ ਟਾਈਮ ਮਿਲ ਗਿਆ। ਅਤੇ ਘਰਦਿਆਂ ਨੂੰ ਕੱਲ੍ਹ ਮਿਲ ਗਿਆ ਸੀ, ਮਤਲਬ ਕੱਲ੍ਹ ਕੀ ਦਿਨ ਸੀਗਾ, ਥਰਸਡੇ, ਵੀਰਵਾਰ ਨੂੰ ਮਿਲ ਗਿਆ ਸੀਗਾ 18 ਤਰੀਕ ਨੂੰ, ਬਟ ਸਾਨੂੰ 19 ਨੂੰ ਦੱਸਿਆ ਉਹਨਾਂ ਨੇ ਅੱਜ, ਹੈ ਨਾ। ਕੱਲ੍ਹ ਮੇ ਬੀ ਕੋਲ ਨਹੀਂ ਹੋਈ ਹੋਣੀ, ਉਸ ਤੋਂ ਬਾਅਦ ਪੋਸੀਬਿਲਿਟੀ ਨਹੀਂ ਹੋਣੀ, ਜਾਂ ਫਿਰ ਸਾਡੇ ਰਾਹ 'ਤੇ ਜਲਦੀ ਹੋ ਜਾਂਦੀ ਹੈਗੀ, ਮਤਲਬ ਉਸ ਤੋਂ ਬਾਅਦ ਆਇਆ ਹੋਵੇ, ਤਾਂ ਕਰਕੇ ਉਹਨਾਂ ਨੇ ਕੱਲ੍ਹ ਨਹੀਂ ਦੱਸਿਆ। ਅੱਜ ਸਾਨੂੰ ਦੱਸਿਆ ਸੀ, ਅੱਜ ਸਾਨੂੰ 2 ਵਜੇ ਪਤਾ ਲੱਗਿਆ। ਉਹਨਾਂ ਨੇ ਤਾਂ ਮੋਰਨਿੰਗ ਦੱਸਿਆ ਆਪਦੇ ਹਿਸਾਬ ਨਾਲ, ਬਟ ਸਾਡੇ ਉਦੋਂ ਦੁਪਹਿਰ ਸੀਗੀ। ਅਤੇ ਫਿਰ ਅਸੀਂ ਬਹੁਤ ਬਹੁਤ ਹੈਪੀ ਹਾਂਗੇ ਦੋਨੇ ਮਾਵਾਂ ਧੀਆਂ, ਹੁਣ ਅਸੀਂ ਹੋਰ ਮਿਹਨਤ ਕਰਾਂਗੇ, ਹੈ ਨਾ ਪੁੱਤੋ। ਬਸ ਇਹੀ ਸੀਗਾ, ਮੈਨੂੰ ਵੀ ਮਤਲਬ ਐਵੇਂ ਜੇ ਹੋ ਰਿਹਾ ਸੀ, ਹੈ ਨਾ, ਵੀ ਪਤਾ ਨਹੀਂ ਆਊਗਾ, ਪਤਾ ਨਹੀਂ ਨਹੀਂ ਕੀ ਹੋਊਗਾ। ਅਤੇ ਲਾਈਕ ਆ ਗਿਆ ਉਹ, ਤੁਹਾਡੇ ਸਭ ਦੇ ਉਹਦੇ ਕਰਕੇ ਹੀ ਆਇਆ ਗਾ ਉਹ। ਉਹ ਤਾਂ ਨਹੀਂ, ਪੋਸੀਬਿਲਿਟੀ ਨਹੀਂ ਹੁੰਦੀ ਨਾ ਜੇ ਤੁਸੀਂ ਸਾਥ ਨਾ ਦਿੰਦੇ, ਤੁਹਾਡੇ ਸਾਥ ਨਾਲ ਹੀ ਆ ਸਭ ਕੁਛ। ਆਈ ਹੋਪ ਤੁਸੀਂ ਸਾਡਾ ਅੱਗੇ ਵੀ ਸਾਥ ਦਿਉਂਗੇ ਇੱਦਾਂ, ਅਤੇ ਇਸ ਤਰ੍ਹਾਂ ਅਸੀਂ ਆਪਦੀ ਕੋਸ਼ਿਸ਼ ਕਰਦੇ ਰਹਾਂਗੇ, ਤੁਸੀਂ ਸਾਨੂੰ ਸਪੋਰਟ ਕਰਦੇ ਰਹੋ, ਨਵੇਂ ਨਵੇਂ ਅਸੀਂ ਬਲੌਗ ਲੈ ਕੇ ਆਉਂਦੇ ਰਹਾਂਗੇ। ਚਲੋ ਜੀ, ਅੱਜ ਦੀ ਫਿਰ ਇਹੀ ਇਨਫੋਰਮੇਸ਼ਨ ਸੀਗੀ, ਅਤੇ ਮਿਲਦੇ ਇੱਕ ਨਵੇਂ ਬਲੌਗ ਦੇ ਨਾਲ। ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ, ਸੋਰੀ ਵੀਡੀਓ ਨੂੰ, ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜਦੋਂ ਮੇਰੇ ਚੈਨਲ 'ਤੇ ਨਵੇਂ ਆਉਂਦੇ ਹੋ, ਹੈ ਨਾ। ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ, ਹੈ ਨਾ, ਵੀ ਪਤਾ ਲੱਗ ਜਾਂਦਾ। ਅਤੇ ਇੱਕ ਕਮੈਂਟ, ਕਮੈਂਟਾਂ ਦੇ ਨਾਲ ਬਹੁਤ ਜ਼ਿਆਦਾ ਪਤਾ ਲੱਗਦਾ ਵੀ ਕੀ ਗਲਤੀ ਆ, ਹੈ ਨਾ, ਗਲਤੀਆਂ ਵੀ ਦੱਸਿਆ ਕਰੋ, ਉਹਦੇ ਨਾਲ ਲਾਈਕ ਮੈਨੂੰ ਪਤਾ ਲੱਗ ਜਾਂਦਾ ਹੈਗਾ ਵੀ, ਹੈ ਨਾ, ਆਪਾਂ ਮਤਲਬ ਕੀ ਚੀਜ਼ ਆਪਾਂ ਨੂੰ ਇੰਪਰੂਵ ਕਰਨ ਦੀ ਲੋੜ ਹੈਗੀ। ਚਲੋ ਜੀ, ਫਿਰ ਮਿਲਦੇ ਇੱਕ ਨਵੇਂ ਵੀਡੀਓ ਦੇ ਨਾਲ, ਬਾਏ ਬਾਏ।